ਉਪਕਰਣ ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੁਝ ਵੱਡੀਆਂ ਤੇ ਅਹਿਮ ਖਬਰਾਂ ਤੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਹਰਿਆਣਾ ਦੇ ਟੋਹਾਣਾ ਦੇ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ ਚੱਲ ਰਿਹਾ ਹੈ ਕਿਸ ਤਰ੍ਹਾਂ ਦੀਆਂ ਉੱਥੇ ਪਰਿਸਥਿਤੀਆਂ ਬਣੀਆਂ ਹੋਈਆਂ ਨੇ ਉਹ ਤੇ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਕਿਸਾਨਾਂ ਦੇ ਵੱਲੋਂ ਅੱਜ ਸੰਪੂਰਨ ਕ੍ਰਾਂਤੀ ਦਿਵਸ ਮਨਾਇਆ ਜਾ ਰਿਹਾ ਹੈ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਇਹ ਦਿਵਸ ਮਨਾਇਆ ਜਾ ਰਿਹਾ ਇਹ ਤੁਹਾਨੂੰ ਦੱਸਾਂਗੇ ਫਿਰ ਅਗਲੀ ਖਬਰ ਤੇ ਗੱਲਬਾਤ ਕਰਾਂਗੇ ਕਿ ਅੰਮ੍ਰਿਤਸਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਪੋਸਟਰ ਲੱਗੇ ਨੇ ਕਿਸ ਮਕਸਦ ਦੇ ਨਾਲ ਪੋਸਟਰ ਲਗਾਏ ਗਏ ਨੇ ਕਿਹਨਾਂ ਦੇ ਵੱਲੋਂ ਇਹ ਪੋਸਟਰ ਲਾਏ ਗਏ ਨੇ ਇਹ ਤੇ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਕਿ ਅੱਜ ਆਪ ਦੇ ਕੁਝ ਆਗੂਆਂ ਦੇ ਉੱਪਰ ਪਰਚੇ ਦਰਜ ਕੀਤੇ ਗਏ ਨੇ ਕਿਉਂ ਇਹ ਪਰਚੇ ਦਰਜ ਕੀਤੇ ਗਏ ਨੇ ਇਹ ਤਮਾਮ ਖਬਰਾਂ ਦੇ ਉੱਪਰ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਜਪੁਰ ਜੀ ਸਭ ਤੋਂ ਪਹਿਲਾਂ ਉਹਨਾਂ ਸਵਾਗਤ ਕਰ ਲੈਂਦੇ ਹਾਂ ਪਰਮਿੰਦਰ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਹੈ ਸੁਖਵਿੰਦਰ ਜੀ ਪਰਮਿੰਦਰ ਜੀ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਇੱਥੋਂ ਹੀ ਕਰੀਏ ਕਿ ਹਰਿਆਣਾ ਦੇ ਟੋਹਾਣਾ ਦੇ ਵਿੱਚ ਜਿਹੜੇ ਕਿਸਾਨਾਂ ਦਾ ਪ੍ਰਦਰਸ਼ਨ ਚੱਲ ਰਿਹਾ ਉੱਥੇ ਪਰਿਸਥਿਤੀਆਂ ਕਿਹੋ ਜਿਹੀਆਂ ਹੁਣ ਮੌਕੇ ਤੇ ਬਣੀਆਂ ਹੋਈਆਂ ਨੇ ਰਵਿੰਦਰ ਜੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਟੋਹਾਣਾ ਦੇ ਵਿੱਚ ਇੱਕ ਤਰ੍ਹਾਂ ਨਾਲ ਸਾਰੇ ਹੀ ਜੁੜ ਬੈਠੇ ਉੱਥੇ ਕਿਸਾਨ ਗੁਰਨਾਮ ਸਿੰਘ ਚਡੂਨੀ ਰਾਕੇਸ਼ ਟਕੈਤ ਵੀ ਉੱਥੇ ਪਹੁੰਚ ਚੁੱਕੇ ਹੈ ਕਾਫੀ ਇਕੱਠ ਜਿਹੜਾ ਹੈਗਾ ਉੱਥੇ ਵੇਖਣ ਨੂੰ ਮਿਲ ਰਿਹਾ ਔਰ ਅੱਜ ਜਿਹੜਾ ਕਿਸਾਨਾਂ ਵੱਲੋਂ ਕਹਿ ਲਓ ਕਿ ਉੱਥੇ ਐਲਾਨ ਕੀਤਾ ਗਿਆ ਕਿ ਅਸੀਂ ਉਦੋਂ ਤੱਕ ਉੱਠਾਂਗੇ ਨਹੀਂ ਇੱਥੇ ਜਦੋਂ ਤੱਕ ਇਨਸਾਫ਼ ਨਹੀਂ ਮਿਲ ਜਾਂਦਾ ਕਿਉਂਕਿ ਪਿਛਲੇ ਦਿਨ ਜਿਹੜਾ ਦਵਿੰਦਰ ਬਬਲੀ ਜੇ ਜੇ ਪੀ ਦਾ ਜਿਹੜੇ ਵਿਧਾਇਕ ਨੇ ਉਹਨਾਂ ਦਾ ਵਿਰੋਧ ਹੋਇਆ ਸੀ ਉਹਨਾਂ ਦੇ ਵਿਰੋਧ ਕਰਦੇ ਹੋਏ ਕਿਸਾਨਾਂ ਦੇ ਉੱਤੇ ਜਿਹੜਾ ਕਹਿ ਲਓ ਪਰਚੇ ਦਰਜ ਹੋਏ ਸੀਗੇ ਉਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਵਿਰੋਧ ਜਤਾਇਆ ਸੀਗਾ ਜਿਹੜੇ ਬੰਦੇ ਗ੍ਰਿਫਤਾਰ ਹੋਏ ਸੀ ਕਿਸਾਨਾਂ ਦੇ ਵੱਲੋਂ ਇਹਨਾਂ ਨੇ ਪੁਲਿਸ ਨੇ ਕੀਤੇ ਸੀ ਕਿਸਾਨਾਂ ਸੰਘਰਸ਼ ਕਰ ਰਹੇ ਸੀ ਅੰਦੋਲਨ ਕਰ ਰਹੇ ਸੀ ਜਿਹੜੇ ਉੱਤੇ ਹਰਿਆਣਾ ਦੇ ਵਿੱਚ ਤਾਂ ਸਰਕਾਰ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਸੀਗਾ ਕਿਸਾਨਾਂ ਨੇ ਉਸੇ ਜਾ ਕੇ ਹਿਸਾਰ ਦਿੱਲੀ ਹਾਈਵੇ ਜਿਹੜਾ ਉਹ ਕਾਫੀ ਘੰਟੇ ਬੰਦ ਕੀਤਾ ਮੰਗ ਕੀਤੀ ਸੀ ਕਿ ਇਹਨਾਂ ਨੂੰ ਰਿਹਾਅ ਕੀਤਾ ਜਾਵੇ ਕੁਛ ਕੁ ਕਿਸਾਨ ਜਿਹੜੇ ਇੱਥੇ ਕਿਹਾ ਜਾਂਦਾ ਕਿ 27 ਦੇ ਕਰੀਬ ਦੱਸਿਆ ਜਾ ਰਿਹਾ ਕਿ ਕਿਸਾਨ ਰਿਹਾਅ ਵੀ ਕੀਤੇ ਗਏ ਆ ਲੇਕਿਨ ਉਸ ਦੇ ਬਾਵਜੂਦ ਵੀ ਕਿਸਾਨਾਂ ਦਾ ਗੁੱਸਾ ਜਿਹੜਾ ਸ਼ਾਂਤ ਨਹੀਂ ਹੋਇਆ ਉਹ ਕਹਿੰਦੇ ਸੀ ਜਿਹੜੇ ਪਰਚੇ ਦਿੱਤੇ ਆ ਜਾਂ ਜੋ ਵੀ ਗੱਲਬਾਤ ਦਵਿੰਦਰ ਬਬਲੀ ਨੇ ਕੀਤੀ ਹੈ ਉਹਦੇ ਬਾਰੇ ਮਾਫ਼ੀ ਮੰਗੇ ਦਵਿੰਦਰ ਬਬਲੀ ਔਰ ਇੱਥੋਂ ਤੱਕ ਕਿ ਹਰਿਆਣਾ ਸਰਕਾਰ ਵੱਲੋਂ ਵੀ ਅਨਿਲ ਵਿਜ ਵੱਲੋਂ ਤੇ ਖੱਟਰ ਵੱਲੋਂ ਮੁੱਖ ਮੰਤਰੀ ਆ ਜਿਹੜੇ ਹਰਿਆਣਾ ਦੇ ਉਹਨਾਂ ਵੱਲੋਂ ਬਕਾਇਦਾ ਤੌਰ ਤੇ ਸਖ਼ਤ ਰੁੱਖ ਅਪਣਾਉਣ ਦੀ ਗੱਲ ਕੀਤੀ ਗਈ ਸੀ ਕਿ ਜੇ ਕਿਸੇ ਨੇ ਸ਼ਾਂਤੀਪੂਰਵਕ ਅੰਦੋਲਨ ਕਰਨਾ ਕਰ ਸਕਦਾ ਪਰ ਜੇ ਕੋਈ ਕਿਸੇ ਤਰ੍ਹਾਂ ਦੀ ਹਰਕਤ ਕੀਤੀ ਗਈ ਜਾਂ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈਣ ਦੀ ਗੱਲ ਹੋਈ ਜਾਂ ਕਿਸੇ MLA MP ਦਾ ਵਿਰੋਧ ਕੀਤਾ ਗਿਆ ਤਾਂ ਸਰਕਾਰ ਜਿਹੜੀ ਹੈਗੀ ਉਹ ਸਖ਼ਤੀ ਦਿਖਾਏਗੀ ਫਿਰ ਉਹਦੇ ਉਸਦੇ ਵਿਰੋਧ ਦੇ ਵਿੱਚ ਸਾਰੇ ਇਸ ਘਟਨਾਕ੍ਰਮ ਦੇ ਵਿਰੋਧ ਦੇ ਵਿੱਚ ਅੱਜ ਕਿਸਾਨ ਵੱਡੀ ਗਿਣਤੀ ਦੇ ਵਿੱਚ ਉੱਥੇ ਟੋਹਾਣਾ ਅਨਾਜ ਮੰਡੀ ਜਿਹੜੀ ਹੈਗੀ ਉੱਥੇ ਇਕੱਠੇ ਹੋਏ ਨੇ ਉਹ ਤੋਂ ਬਾਅਦ ਗੁਰਨਾਮ ਸਿੰਘ ਚਡੂਨੀ ਦਾ ਜਿਹੜਾ ਹੁਣ ਤਾਜ਼ਾ ਬਿਆਨ ਉਹ ਇਹੀ ਹੈ ਉੱਥੇ ਬੈਠ ਕਰ ਰਹੇ ਸੀ ਉਹ ਕਹਿੰਦੇ ਕਿ ਅਸੀਂ ਹੁਣ ਜਾਵਾਂਗੇ ਸਿਟੀ ਥਾਣੇ ਜਾ ਕੇ ਉੱਥੇ ਅਸੀਂ ਜਿਹੜਾ ਹੈਗਾ ਆਪਣੀਆਂ ਗ੍ਰਿਫਤਾਰੀਆਂ ਦੇਵਾਂਗੇ ਉੱਥੇ ਰਾਕੇਸ਼ ਟਕੈਤ ਵੀ ਪਹੁੰਚ ਚੁੱਕੇ ਨੇ ਰਾਕੇਸ਼ ਟਕੈਤ ਦਾ ਬਕਾਇਦਾ ਤੌਰ ਤੇ ਬਿਆਨ ਹੈਗਾ ਕਿ ਅਸੀਂ ਜੇ ਗ੍ਰਿਫਤਾਰੀਆਂ ਦੇ ਦਿੱਤੀਆਂ ਉਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਜਿਹੜਾ ਹੈਗਾ ਅੰਦੋਲਨ ਹੋਰ ਵੀ ਤੇਜ਼ ਹੋ ਜਾਊਗਾ ਤੇ ਫਿਰ BJP ਨੂੰ ਜਿਹੜਾ ਹੋਰ ਵੀ ਜ਼ਿਆਦਾ ਔਖਾ ਹੋਣਾ ਹੈ ਸਾਂਭਿਆ ਨਹੀਂ ਜਾਣਾ ਹੁਣ ਜਿਹੜੀਆਂ ਗੱਲਾਂ ਨਹੀਂ ਕਰਨ ਜੋਗੀਆਂ ਜਾਂ ਸਰਕਾਰ ਜਿਹਨਾਂ ਤੋਂ ਜਿਸ ਤੋਂ ਆਸ ਰੱਖੀ ਜਾਂਦੀ ਹੈ ਸਰਕਾਰ ਤੋਂ ਕਿ ਲੋਕਾਂ ਦੇ ਹਿੱਤਾਂ ਦੇ ਲਈ ਬਣੀ ਹੁੰਦੀ ਹੈ ਜਾਂ ਲੋਕਾਂ ਦੇ ਹਿੱਤ ਵਿੱਚ ਇਹਨਾਂ ਨੂੰ ਭੁਗਤਣਾ ਚਾਹੀਦਾ ਉਹ ਸਰਕਾਰ ਜਿਹੜੀ ਹੈਗੀ ਉਹ ਕਿਸਾਨਾਂ ਦਾ ਗਲਾ ਘੁੱਟ ਰਹੀ ਹੈ ਕਿਸਾਨ ਲਗਾਤਾਰ ਆਪਣੀ ਮੰਗ ਦੇ ਉੱਤੇ ਖੜੇ ਨੇ ਇੱਕ ਹੱਕ ਮੰਗ ਰਹੇ ਨੇ ਆਪਣਾ ਤੇ ਲੇਕਿਨ ਇਹ ਹੱਕ ਦੇਣ ਦੀ ਬਜਾਏ ਜਿਹੜੀਆਂ ਸਰਕਾਰਾਂ ਨੇ ਖਾਸ ਕਰ BJP ਦੀਆਂ ਸਰਕਾਰਾਂ ਨੇ ਜਿਹੜੇ ਉਹ ਇਸੇ ਗੱਲ ਤੇ ਅੜੀਆਂ ਹੋਈਆਂ ਨੇ ਕਿ ਜਿੱਦ ਕਿਸਾਨ ਕਰ ਰਹੇ ਨੇ ਨਾ ਕਿ ਸਰਕਾਰ ਹਾਲਾਂਕਿ ਕਿਸਾਨ ਸਿਰਫ ਮੰਗ ਇਹੀ ਕਰ ਰਹੇ ਨੇ ਕਿ ਉਹਨਾਂ ਦਾ ਜਿਹੜਾ 3 ਕਾਨੂੰਨ ਨੇ ਉਹ ਰੱਦ ਕਰਦੇ ਜਾਣ ਹੁਣ ਤਾਜ਼ਾ ਬਿਆਨ ਵੀ ਜਿਹੜਾ ਇੱਕ ਦੇਖਿਆ ਜਾ ਰਿਹਾ ਕਿ ਹਰਜੀਤ ਗਰੇਵਾਲ ਦਾ ਆ ਰਿਹਾ ਸੀ ਉਹ ਕਹਿੰਦੇ ਕਿ ਕਿਸਾਨ ਜਿਹੜੇ ਹੈਗੇ ਨੇ ਉਹ ਇੱਕੋ ਜਿੱਦ ਫੜੀ ਬੈਠੇ ਨੇ ਉਹ ਜਿੱਦ ਤਿਆਗ ਦੇਣ ਬਾਕੀ ਕੋਈ ਹੋਰ ਪ੍ਰਪੋਜ਼ਲ ਲਿਆਉਣ ਜਿਹਦੇ ਵਿੱਚ ਇਹ ਗੱਲ ਨਾ ਹੋਵੇ ਕਿ ਕਾਨੂੰਨ ਰੱਦ ਕਰੋ ਹੋਰ ਕਿਸੇ ਵੀ ਪ੍ਰਪੋਜ਼ਲ ਦੇ ਉੱਤੇ ਗੱਲਬਾਤ ਹੋ ਸਕਦੀ ਹੈ ਤੇ ਇਹ ਨਹੀਂ ਮੰਨਿਆ ਇਹ ਮੰਨਣ ਯੋਗ ਗੱਲ ਹੀ ਨਹੀਂ ਕਹਿੰਦੇ ਹੈਗੀ ਕਿ ਕਿਸਾਨ ਜੋ ਕਹਿੰਦੇ ਨੇ ਕਿ ਰੱਦ ਕਰ ਦਿਓ ਰੱਦ ਨਹੀਂ ਹੁੰਦੇ ਕਾਨੂੰਨ ਸਾਫ਼ ਜਵਾਬ ਦਿੱਤਾ ਉਹਨਾਂ ਨੇ ਜੋ ਕਿਸਾਨਾਂ ਦਾ ਵਿਰੋਧ ਹੈ ਜਿਹੜਾ ਵਿਦਰੋਹ ਹੈ ਜਿਹੜਾ ਉਹ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਗੁੱਸਾ ਵੱਧਦਾ ਜਾ ਰਿਹਾ ਲਾਮਬੰਦ ਵੀ ਹੋ ਰਹੇ ਨੇ ਵੱਡੀ ਗਿਣਤੀ 'ਚ ਇਕੱਠੇ ਵੀ ਹੋ ਰਹੇ ਨੇ ਹੁਣ ਹਰਿਆਣਾ ਦੇ ਵਿੱਚ ਪਹਿਲਾਂ ਕਹਿੰਦੇ ਸੀ ਕਿ ਹਰਿਆਣਾ ਦੇ ਵਿੱਚ ਕੁਛ ਨਹੀਂ ਹੈ ਸਿਰਫ ਕਾਂਗਰਸ ਦੇ ਬੰਦੇ ਨੇ ਜਿਹੜੇ ਉਹ ਕਿਸਾਨਾਂ ਨਾਲ ਰਲੇ ਹੋਏ ਨੇ
ਤੇ ਸਰਕਾਰ ਦਾ ਵਿਰੋਧ ਕਰ ਰਹੇ ਨੇ, ਪਰ ਹੁਣ ਇੱਥੇ ਕਾਂਗਰਸੀ ਤਾਂ ਸ਼ਾਇਦ ਹੁਣ ਨਾ ਵੀ ਹੋਣ ਉੱਥੇ, ਤੇ ਭਾਜਪਾ ਨੂੰ ਜਿਹੜਾ ਕਿਸਾਨਾਂ ਦਾ ਰੋਗਾ ਜਿਹੜਾ ਉਹ ਤੋਂ ਸਾਂਭਿਆ ਨਹੀਂ ਜਾ ਰਿਹਾ। ਹੁਣ ਸਰਕਾਰ ਔਖੀ ਹੋਈ ਬੈਠੀ ਹੈ ਤੇ ਸਖਤੀ ਦੇ ਰੂਪ ਚ ਬੈਠੀ ਹੈ। ਪਿਛਲੇ ਦਿਨ ਕਾਨੂੰਨ ਵੀ ਬਣਾ ਤਾ ਸੀ ਸੁਖਵਿੰਦਰ ਜੀ ਨੇ ਤਾਂ ਕਿ ਜਿਹੜਾ ਪ੍ਰੋਪਰਟੀ ਨੂੰ ਡੈਮੇਜ ਕਰੂਗਾ ਅੰਦੋਲਨ ਕਰਕੇ ਜਾਂ ਸੰਘਰਸ਼ ਕਰਕੇ ਕਿਸੇ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਕਰਦੇ ਆ ਤਾਂ ਉਹਦੇ ਉਹਦੇ ਤੋਂ ਹੀ ਭਰਪਾਈ ਕਰਵਾਈ ਜਾਊ। ਉਹ ਵੀ ਲਾਗੂ ਕਰ ਦਿੱਤਾ ਗਿਆ, ਇਹਨਾਂ ਨੇ ਪਾਸ ਕਰਤਾ ਸੀਗਾ ਆਪਣੀ ਸਰਕਾਰ ਦੇ ਇਸ ਟਾਈਮ ਦੇ ਵਿੱਚ ਪਾਸ ਕਰਕੇ ਉਹਨਾਂ ਨੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਉਸੇ ਤਹਿਤ ਜਿਹੜੀਆਂ ਗ੍ਰਿਫਤਾਰੀਆਂ ਵੀ ਕੀਤੀਆਂ ਜਾਣਗੀਆਂ, ਉਸੇ ਤਹਿਤ ਇਹਨਾਂ ਦੇ ਉੱਤੇ ਪਰਤੇ ਵੀ ਦਰਜ ਕਰੇ ਜਾਣ। ਜੀ ਜੀ, ਅਗਲੀ ਖਬਰ ਦੀ ਜੇਕਰ ਆਪਾਂ ਗੱਲਬਾਤ ਕਰੀਏ ਤਾਂ ਕਿਸਾਨਾਂ ਦੇ ਵੱਲੋਂ ਅੱਜ ਸੰਪੂਰਨ ਜਿਹੜਾ ਪੂਰਨ ਕ੍ਰਾਂਤੀ ਦਿਵਸ ਮਨਾਇਆ ਜਾ ਰਿਹਾ, ਉਹ ਕਿਸ ਤਰੀਕੇ ਦੇ ਨਾਲ ਇਹਨਾਂ ਤੋਂ ਮਨਾਇਆ ਜਾ ਰਿਹਾ ਤੇ ਕਿਉਂ ਅੱਜ ਇਹਦਾ ਦਿਨ ਹੀ ਕਿਉਂ ਚੁਣੇਗੇ? ਦੇਖੋ, ਪਹਿਲਾਂ ਕਾਫੀ ਦੇਰ ਤੋਂ ਐਲਾਨ ਹੋ ਚੁੱਕਾ ਸੀਗਾ ਸੁਖਵਿੰਦਰ ਜੀ ਕਿ ਜਿਹੜਾ ਸੰਪੂਰਨ ਕ੍ਰਾਂਤੀ ਦਿਵਸ ਹੈ 5 ਜੂਨ ਨੂੰ ਮਨਾਇਆ ਜਾਊਗਾ। ਇੱਕ ਤਾਂ ਪੂਰਾ ਸਾਲ ਹੋ ਰਿਹਾ ਸੀਗਾ ਆਰਡੀਨੈਂਸ ਜਾਰੀ ਹੋਏ ਨੇ 3 ਕਾਨੂੰਨਾਂ ਦੇ, ਇਹ 5 ਜੂਨ ਨੂੰ ਜਿਹੜਾ ਪੂਰਾ ਸਾਲ ਹੋ ਗਿਆ, ਕਿਉਂਕਿ ਆਰਡੀਨੈਂਸ ਜਿਹੜੇ ਹੁੰਦੇ ਨੇ ਤੁਰੰਤ ਲਾਗੂ ਹੋ ਜਾਂਦੇ। ਦੂਜਾ ਜਿਹੜਾ JP ਮੂਵਮੈਂਟ ਸੀਗੀ ਉਹਨੂੰ ਯਾਦ ਕਰਦਿਆਂ ਜੈਪ੍ਰਕਾਸ਼ ਨਾਰਾਇਣ ਨੂੰ 5 ਜੂਨ 1974 ਨੂੰ ਜਿਹੜਾ ਉਹਨੇ ਨੇ ਆਹ ਨਾਰਾ ਦਿੱਤਾ ਸੀ, ਉਹਨਾਂ ਦੀ ਅਗਵਾਈ ਵਿੱਚ ਮੂਵਮੈਂਟ ਸ਼ੁਰੂ ਹੋਈ ਸੀਗੀ ਸੰਪੂਰਨ ਕ੍ਰਾਂਤੀ ਦਿਵਸ ਦਾ, ਉਹਨੂੰ ਯਾਦ ਕਰਦਿਆਂ ਇਹ ਦਿਵਸ ਮਨਾਇਆ ਜਾ ਰਿਹਾ। ਔਰ ਇਹਦੇ ਤਹਿਤ ਭਾਜਪਾ ਆਗੂਆਂ ਦੇ ਦਫ਼ਤਰਾਂ ਭਾਜਪਾ ਆਗੂਆਂ ਦੇ ਘਰਾਂ ਦੇ ਮੂਹਰੇ ਇੱਕ ਤਾਂ ਉਹਨਾਂ ਦੇ ਪੁਤਲੇ ਸਾੜੇ ਜਾਣੇ ਸੀਗੇ ਤੇ ਇੱਕ ਜਿਹੜੀਆਂ 3 ਕਾਨੂੰਨ ਨੇ ਉਹਨਾਂ ਦੀਆਂ ਕਾਪੀਆਂ ਸਾੜੀਆਂ ਜਾਣੀਆਂ ਸੀਗੀਆਂ। ਸੋ ਉਸੇ ਨੂੰ ਅੱਜ ਅੰਜਾਮ ਵੀ ਦਿੱਤਾ ਹੈ ਪੂਰੇ ਦੇਸ਼ ਦੇ ਵਿੱਚ ਜਿਹੜਾ ਹੈਗਾ ਵੱਡੇ ਪੱਧਰ ਤੇ ਸੰਪੂਰਨ ਕ੍ਰਾਂਤੀ ਦਿਵਸ ਮਨਾਇਆ ਗਿਆ। ਭਾਜਪਾ ਆਗੂਆਂ ਨੂੰ ਐ ਕਹਿ ਲਓ ਕਿ ਇੱਕ ਤਰ੍ਹਾਂ ਔਖਾ ਹੋਇਆ, ਤੇ ਕੁਛ ਕੁ ਭਾਜਪਾ ਆਗੂ ਬਿਆਨ ਵੀ ਦੇ ਰਹੇ ਨੇ ਕਿ ਉਹਨਾਂ ਦੇ ਦਫ਼ਤਰਾਂ ਦੇ ਅੱਗੇ ਕਿਸਾਨ ਬੈਠੇ ਨੇ ਤੇ ਉਹਨਾਂ ਨੂੰ ਦਫ਼ਤਰਾਂ 'ਚ ਜਾਣਾ ਔਖਾ ਹੋਇਆ ਪਿਆ। ਤੇ ਪਹਿਲਾਂ ਗੱਲ ਕਰਦੇ ਸੀ ਕਿ ਸਾਨੂੰ ਰੋਕ ਕੇ ਦਿਖਾਓ ਕੋਈ, ਅਸੀਂ ਪਿੰਡਾਂ 'ਚ ਵੀ ਜਾਵਾਂਗੇ, ਅਸੀਂ ਦਫ਼ਤਰਾਂ 'ਚ ਵੀ ਜਾਵਾਂਗੇ, ਅਸੀਂ ਸ਼ਹਿਰਾਂ 'ਚ ਵੀ ਜਾਵਾਂਗੇ, ਸਾਰੇ ਕਿਤੇ ਜਾਣ ਦੀ ਇਹਨਾਂ ਨੇ ਗੱਲ ਕੀਤੀ ਸੀਗੀ। ਤੇ ਹੁਣ ਜਿੱਦਾਂ ਜਿੱਦਾਂ ਕਹਿ ਲਓ ਅੰਦੋਲਨ ਅੱਗੇ ਵੱਧ ਰਹੇ ਹੈ, ਜਿਵੇਂ ਜਿਵੇਂ ਦਿਨ ਹੋਰ ਬੀਤਦੇ ਜਾ ਰਹੇ ਨੇ ਤੇ ਇਹਨਾਂ ਦਾ ਹੋਰ ਵੀ ਔਖਾ ਹੋ ਗਿਆ, ਇਹਨਾਂ ਦਾ ਘਰੋਂ ਨਿਕਲਣਾ ਔਖਾ ਹੋ ਰਿਹਾ। ਜਿਵੇਂ ਹੁਣ ਤੁਸੀਂ ਪੰਜਾਬ ਵਿੱਚ ਹੀ ਦੇਖਿਆ ਹੀ ਹੈ, ਟੋਹਾਣਾ ਦੇ ਵਿੱਚ ਵੀ ਤੁਸੀਂ, ਹਰਿਆਣੇ 'ਚ ਵੀ ਦੇਖ ਹੀ ਲਿਆ। ਖੱਟਰ ਤਾਂ ਪਹਿਲਾਂ ਵਿਰੋਧ ਕੀਤਾ, ਕੱਲ੍ਹ ਖੱਟਰ ਨੇ ਇੱਕ ਸਮਾਗਮ ਵਿੱਚ ਜਾਣਾ ਸੀ, ਵੱਡੀ ਬਹੁਤ ਵੱਡੀ ਗਿਣਤੀ ਦੇ ਵਿੱਚ ਫੋਰਸ ਲਾਈ ਗਈ ਪਹਿਲਾਂ, ਤਾਂ ਉਹਨੇ ਸ਼ਿਰਕਤ ਕੀਤੀ। ਸੋ ਕਹਿਣ ਦਾ ਭਾਵ ਇਹ ਹੈ ਕਿ ਜੇ 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 ਕਿਸਾਨਾਂ ਦੀ ਗੱਲ ਨਾ ਮੰਨੀਗੀ ਤਾਂ ਜਿਵੇਂ ਰਾਕੇਸ਼ ਟਿਕੈਤ ਨੇ ਕਿਹਾ ਕਿ 2024 ਤੱਕ ਜਾਏਗਾ ਹੀ ਜਾਏਗਾ ਅੰਦੋਲਨ, ਤਾਂ ਇਹ ਉੱਥੇ ਤੱਕ ਲੈ ਕੇ ਹੀ ਜਾਣਗੇ। ਤੇ ਅੱਗੇ ਉਹਨਾਂ ਨੇ ਇਹ ਵੀ ਕਿਹਾ ਕਿ ਤਖ਼ਤਾ ਵੀ ਪਲਟ ਸਕਦੇ ਹਾਂ, ਜਿੱਦਾਂ ਪੱਛਮੀ ਬੰਗਾਲ ਦੇ ਵਿੱਚ ਦਿਖਾਇਆ ਹੀ ਦਿੱਤਾ। ਰਾਕੇਸ਼ ਟਿਕੈਤ ਦਾ ਬਿਆਨ ਵਾਰ ਵਾਰ ਆ ਰਿਹਾ ਕਿ ਪੱਛਮੀ ਬੰਗਾਲ ਦੇ ਵਿੱਚ ਜਿਵੇਂ ਦਿਖਾਇਆ ਸੀ, ਉੱਦਾਂ ਹੀ ਆਪਣੇ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਵੀ ਭਾਜਪਾ ਦਾ ਜਿਹੜਾ ਹੈਗਾ ਤਖ਼ਤਾ ਪਲਟ ਦੇਣਾ ਲੋਕਾਂ ਨੇ, ਜੇ ਜੇ ਤੁਸੀਂ ਕਿਸਾਨਾਂ ਦੀ ਗੱਲ ਨਾ ਮੰਨੋ। ਆ ਪੰਜਾਬ ਦੀ ਗੱਲ ਕਰੀਏ ਵੀ ਜੇ ਸਾਂਪਲਾ ਦਾ ਕਿੱਡਾ ਵੱਡਾ ਵਿਰੋਧ ਹੋਇਆ, ਉੱਥੇ ਵੀ ਕਾਫੀ ਹੱਲਾ ਮਚਿਆ ਹੋਇਆ, ਸਭ ਕੁਛ ਪਤਾ ਹੀ ਹੈ, ਪਰਚੇ ਦਰਜ ਹੋ ਰਹੇ ਨੇ ਬਕਾਇਦਾ ਤੌਰ ਤੇ। ਲੇਕਿਨ ਗੱਲ ਇਹ ਹੈ ਕਿ ਕਾਰਪੋਰੇਟਾਂ ਦੇ ਹੱਥਾਂ ਵਿੱਚ ਖੇਡਣ ਵਾਲੀ ਸਰਕਾਰ ਐਡਾ ਕੁਛ ਹੋਣ ਦੇ ਬਾਵਜੂਦ ਦੇਸ਼ ਭਰ ਦੇ ਵਿੱਚ ਵਿਰੋਧ ਹੋ ਰਿਹਾ ਹੈ, ਦੇਸ਼ ਭਰ ਦੇ ਕਿਸਾਨ ਇਕੱਠੇ ਹੋ ਰਹੇ ਨੇ, ਲੋਕ ਇਕੱਠੇ ਬੈਠੇ ਨੇ, ਮੌਤਾਂ ਹੋ ਚੁੱਕੀਆਂ ਨੇ, ਦਿੱਲੀ ਬਾਰਡਰਾਂ ਦੇ ਉੱਤੇ ਡੇਰੇ ਲਾ ਕੇ ਬੈਠੇ ਨੇ ਲੋਕ, ਇੰਨਾ ਕੁਛ ਸਹਿ ਰਹੇ ਨੇ, ਪੁਲਿਸ ਪ੍ਰਸ਼ਾਸਨ ਹੈ ਜਿਹੜਾ ਪਰਚੇ ਦਰਜ ਕਰਨ ਤੇ ਤੁਲ ਗਿਆ, ਹੁਣ ਧੱਕੇਸ਼ਾਹੀਆਂ ਜਿਹੜੀਆਂ ਹੈਗਾ ਉਹਦਾ ਦੌਰ ਦੁਬਾਰੇ ਸ਼ੁਰੂ ਹੋ ਗਿਆ, 11 ਦੌਰ ਦੀ ਗੱਲ ਵੀ ਖਤਮ ਹੋ ਗਈ। ਅੱਗੇ ਚਿੱਠੀ ਲਿਖ ਕੇ ਵੀ ਦੇਤਾ ਪ੍ਰਧਾਨ ਮੰਤਰੀ ਨੂੰ, ਜਿਹੜੇ ਕਹਿੰਦੇ ਸੀ ਕਿ 1 ਕਾਲ ਦੂਰ ਹੈ, ਉਹਨੂੰ ਚਿੱਠੀ ਵੀ ਲਿਖਤੀ, ਫਿਰ ਵੀ ਕੋਈ ਅਸਰ ਨਹੀਂ ਹੋ ਰਿਹਾ ਕਿਸਾਨਾਂ ਦੇ ਪ੍ਰਤੀ, ਸਰਕਾਰ ਦਾ ਰਵੱਈਆ ਜਿਹੜਾ ਕਿਤੇ ਨਰਮ ਹੁੰਦਾ ਦਿਸ ਨਹੀਂ ਰਿਹਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਕਿ ਜਿਹੜਾ ਕਿਸਾਨਾਂ ਦਾ ਗੁੱਸਾ ਕਿਤੇ ਭੜਕ ਜਿੰਨਾ ਹੋਰ ਭਿਆਨਕ ਰੂਪ ਨਾ ਧਾਰ ਦੇ, ਜਿਹਦੇ ਖਮਿਆਜ਼ਾ ਜਿਹੜਾ ਹੈਗਾ ਉਹ ਕਿਤੇ ਸਰਕਾਰ ਨੂੰ ਭੁਗਤਣਾ ਪਊ। ਜੀ, ਤਾਂ ਉੱਥੇ ਗੱਲਬਾਤ ਆਪਾਂ ਕਾਂਗਰਸ ਦੀ ਕਰੀਏ ਤਾਂ ਕਾਂਗਰਸ ਦੇ ਵਿੱਚ ਜਿਹੜਾ ਆਪਸੀ ਕਾਟੋ ਕਲੇਸ਼ ਕਈ ਦਿਨਾਂ ਤੋਂ ਚੱਲ ਰਿਹਾ ਸੀ, ਬੇਸ਼ੱਕ ਉੱਧਰੋਂ ਜਿਹੜੀਆਂ ਕਾਂਗਰਸ ਹਾਈ ਕਮਾਨ ਦੇ ਵੱਲੋਂ 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੋਵੇ ਇਹਨੂੰ ਸਭ ਕੁਛ ਨੂੰ ਖਤਮ ਕਰਨ ਦੇ ਲਈ, ਉਹਨੇ ਰਿਪੋਰਟ ਵੀ ਸੌਂਪ ਦਿੱਤੀ ਹੈ ਜਾਂ 1-2 ਦਿਨਾਂ ਤੱਕ ਸੌਂਪ ਦਊਗੀ, ਪਰ ਪੰਜਾਬ ਦੇ ਅੰਦਰ ਧੜੇਬੰਦੀਆਂ ਜਿਹੜੀਆਂ ਨੇ ਉਹ ਖਤਮ ਨਹੀਂ ਹੋ ਰਹੀਆਂ। ਹੁਣ ਅੰਮ੍ਰਿਤਸਰ ਦੇ ਵਿੱਚ ਜਿਹੜੇ ਪੋਸਟਰ ਲੱਗ ਗਏ ਨੇ, ਇਹ ਪੋਸਟਰ ਲੱਗੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ, ਕੀ ਲੱਗਦਾ ਕਿ ਕਿਹਨਾਂ ਦੇ ਵੱਲੋਂ ਇਹ ਪੋਸਟਰ ਲਾਏ ਗਏ ਆ ਤੇ ਕੀ ਮਕਸਦ ਹੋ ਸਕਦਾ ਇਸ ਪੋਸਟਰਾਂ ਦੇ ਵਿੱਚ? ਦੇਖੋ, ਅੰਮ੍ਰਿਤਸਰ ਦੇ ਵਿੱਚ ਜਿਹੜੇ ਪੋਸਟਰ ਲੱਗੇ ਆ, ਪਹਿਲਾਂ ਤਾਂ ਉਹ ਆਪਾਂ ਜੇ 2 ਦਿਨ ਪਿੱਛੇ ਗੱਲ ਕੀਤੀ ਜਾਵੇ ਤਾਂ ਉਹ ਪੋਸਟਰ ਲੱਗੇ ਸੀਗੇ, ਇੱਕ ਤਾਂ ਵੀ ਸਿੱਧੂ ਗਾਇਬ ਹੈਗਾ, ਉਹਦੇ ਤੇ ਇਹਨੂੰ ਲੱਭਣ ਵਾਲੇ ਨੂੰ 50,000 ਦਾ ਇਨਾਮ ਦਿੱਤਾ ਜਾਊਗਾ, ਉਹਦੇ ਹਲਕੇ ਚੋਂ ਗਾਇਬ ਹੈਗਾ। ਹੁਣ ਜਿਹੜੇ ਨਵੇਂ ਪੋਸਟਰ ਆਪਾਂ ਕਹਿ ਲਓ ਫਲੈਕਸਾਂ ਵੱਡੀਆਂ ਲੱਗੀਆਂ ਨੇ, ਉਹ ਲੱਗੀਆਂ ਨੇ ਕਿ
ਕੈਪਟਨ ਤਾਂ ਇੱਕ ਹੀ ਹੁੰਦਾ, ਉਹਦਾ ਭਾਵ ਹੈ ਕਿ 2022 ਦੇ ਵਿੱਚ ਜਿਹੜਾ ਹੈਗਾ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਨਾਲ ਲਾ ਕੇ ਉਹਨਾਂ ਨੇ ਇਹ ਬੈਨਰ ਛਪਾਏ ਨੇ। ਉਹਦਾ ਮਤਲਬ ਉਹਨੂੰ ਪੁੱਛਿਆ ਗਿਆ ਕੋਈ ਨੈਸ਼ਨਲ ਸਟੂਡੈਂਟ ਯੂਨੀਅਨ ਹੈਗੀ ਹੈ ਜਿਨ੍ਹਾਂ ਨੇ ਇਹ ਬਕਾਇਦਾ ਤੌਰ 'ਤੇ ਲਾਏ ਨੇ, ਉਹਨਾਂ ਕਹਿੰਦੇ ਕਿ ਤੁਹਾਡਾ ਇਹ ਕਿੱਦਾਂ ਦਾ ਮਤਲਬ ਰਵੱਈਆ ਕਹਿ ਲਓ ਜਾਂ ਕਿੱਦਾਂ ਦਾ ਇਹ ਕੰਮ ਹੈ ਜਿਹੜਾ ਕੰਮ ਹਾਈਕਮਾਂਡ ਨੇ ਕਰਨਾ, ਅਤੇ ਜਿਸਨੇ CM ਤੈਅ ਕਰਨਾ, ਜਿਸਨੇ ਚਿਹਰਾ ਤੈਅ ਕਰਨਾ ਕੋਈ ਉਮੀਦਵਾਰੀ ਦਾ, ਕਿਸੇ ਨੂੰ ਟਿਕਟ ਦੇਣੀ ਹੈ ਲੈਣੀ ਹੈ ਜਾਂ ਕਿਸੇ ਨੂੰ ਕੈਪਟਨ ਬਣਾਉਣਾ ਨਹੀਂ ਬਣਾਉਣਾ, ਉਹ ਸਾਰਾ ਹਾਈਕਮਾਂਡ ਨੇ ਦੇਖਣਾ ਤਾਂ ਵੀ ਤੁਸੀਂ ਆਹ ਇੱਦਾਂ ਦੇ ਪੋਸਟਰ ਲਾ ਕੇ ਕੀ ਕਹਿਣਾ ਚਾਹੁੰਦੇ ਹੋ। ਉਹਨਾਂ ਦਾ ਕਹਿਣਾ ਕਿ ਅਸੀਂ ਤਾਂ ਲੋਕਤੰਤਰ ਤਰੀਕੇ ਨਾਲ ਮੰਗ ਕਰ ਰਹੇ ਹਾਂ, ਸਾਨੂੰ ਲੱਗਦਾ ਕਿ ਇੱਕ ਟੀਮ ਦਾ ਕੈਪਟਨ ਇੱਕ ਹੀ ਹੁੰਦਾ ਤਾਂ ਉਹ ਕੈਪਟਨ ਅਮਰਿੰਦਰ ਸਿੰਘ, ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਕਬੂਲੀ ਹੈ ਤਾਂ ਅਸੀਂ ਸਾਰੇ ਪੰਜਾਬ ਦੇ ਵਿੱਚ ਪੋਸਟਰ ਲਾ ਰਹੇ ਹਾਂ। ਜਦਕਿ ਸ਼ੁਰੂਆਤ ਜਿਹੜੀ ਹੈਗੀ ਆ ਉਹ ਅੰਮ੍ਰਿਤਸਰ ਤੋਂ ਕੀਤੀ ਗਈ, ਅੰਮ੍ਰਿਤਸਰ ਦੇ ਵਿੱਚ ਸਿੱਧੂ ਦਾ ਬੋਲਬਾਲਾ ਹੈਗਾ, ਸਿੱਧੂ ਉੱਥੋਂ ਚੋਣ ਲੜਦੇ ਆ, ਸਿੱਧੂ ਉਹਨਾਂ ਦਾ ਹਲਕੇ ਆ, ਹਲਕਾ ਆ ਉਹਨਾਂ ਦਾ, ਤੇ ਸਿੱਧੂ ਦਾ ਤੇ ਕੈਪਟਨ ਅਮਰਿੰਦਰ ਦਾ ਜਿਹੜਾ ਹੈਗਾ ਤੁਹਾਨੂੰ ਪਤਾ ਹੀ ਹੈ, ਬਿਆਨਬਾਜ਼ੀ ਦਾ ਸ਼ਬਦੀ ਜੰਗ ਚੱਲ ਰਿਹਾ, ਬਿਆਨਬਾਜ਼ੀ ਦਾ ਦੌਰ ਚੱਲ ਰਿਹਾ ਉਹਨਾਂ ਦਾ, ਤੇ ਉਹ ਉਹਦੇ ਤਹਿਤ ਹੀ ਜਿਹੜਾ ਕਿਤੇ ਨਾ ਕਿਤੇ ਜਾ ਕੇ ਕਹਿ ਸਕਦੇ ਹਾਂ ਆਪਾਂ ਕਿ ਸਿਆਸੀ ਸਾਜ਼ਿਸ਼ ਵੀ ਹੋ ਸਕਦੀ ਹੈ ਕਿਸੇ ਤਰੀਕੇ ਦੀ, ਜਿਵੇਂ ਹੁਣ ਪਿੱਛੇ ਪੇਸ਼ੀ ਪਈ ਹੈ ਸਾਰਿਆਂ ਦੀ, ਕਮੇਟੀ ਦੇ ਕੇ ਪੇਸ਼ੀ ਪੈਣੀ ਸੀ ਤਾਂ ਪਈ ਹੈ, ਰਿਪੋਰਟ ਵੀ ਤਿਆਰ ਹੋ ਚੁੱਕੀ ਹੈ। ਇੱਕ ਦੋ ਦਿਨਾਂ ਤੱਕ ਜਿਹੜਾ ਹਰੀਸ਼ ਰਾਵਤ ਦਾ ਬਿਆਨ ਹੈ ਕਿ ਇੱਕ ਦੋ ਦਿਨਾਂ ਤੱਕ ਅਸੀਂ ਹਾਈਕਮਾਂਡ ਅੱਗੇ ਰਿਪੋਰਟ ਪੇਸ਼ ਕਰਨੀ ਹੈ, ਤਾਂ ਹਾਈਕਮਾਂਡ ਦੇ ਅੱਗੇ ਕਮੇਟੀ ਆਪਣੇ ਸੁਝਾਅ ਵੀ ਦੇਵੇਗੀ, ਤੇ ਸੂਤਰਾਂ ਮੁਤਾਬਕ ਤਾਂ ਇਹ ਰੌਲਾ ਇਹ ਪਾ ਦਿੱਤਾ ਗਿਆ ਜਾਂ ਪੈ ਗਿਆ, ਜਾਂ ਇਹ ਕਹਿ ਲਓ ਕਿ ਸੱਚੀ ਮੁੱਚੀ ਇਹ ਗੱਲ ਬਾਹਰ ਨਿਕਲ ਕੇ ਆਈ ਹੈ ਕਿ ਕੈਪਟਨ ਹੀ ਰਹੂਗਾ CM ਦਾ ਚਿਹਰਾ ਦਾ, ਤੇ ਦੂਜੇ ਨੰਬਰ ਤੇ ਸਿੱਧੂ ਨੂੰ ਲੈ ਕੇ ਆਉਣਾ। ਪਰ ਗੱਲ ਇਹ ਕਿ ਹੁਣ ਜਿਹੜੀ ਆ ਸਿਆਸੀ ਖੇਡ ਖੇਡੀ ਜਾ ਰਹੀ ਹੈ, ਦਾਅ ਪੇਚ ਖੇਡੇ ਜਾ ਰਹੇ ਨੇ ਕਿਸੇ ਨੂੰ ਨੀਵਾਂ ਦਿਖਾਉਣ ਦੇ, ਕਿਸੇ ਨੂੰ ਵੱਡਾ ਕਰਨ ਦੇ, ਤਾਂ ਉਦੋਂ ਤਾਂ ਇਹੀ ਭਾਵ ਹੈ ਕਿ ਹਰ ਇੱਕ ਨੂੰ ਆਪਣੀ ਕੁਰਸੀ ਦੀ ਫਿਕਰ ਪਈ ਹੋਈ ਹੈ ਫਿਲਹਾਲ, ਉਦੋਂ ਤੱਕ ਜਦੋਂ ਤੱਕ ਹਾਈਕਮਾਂਡ ਦਾ ਕੋਈ ਫੈਸਲਾ ਨਹੀਂ ਆਉਂਦਾ। ਉਹ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੇ ਲਈ ਜਾਂ ਲੋਕਾਂ ਦੇ ਵਿੱਚ ਵੀ ਮੇਰੀ ਕਿੰਨੀ ਕੁ ਮੰਗ ਹੈ, ਮੇਰੀ ਕਿੰਨੀ ਡਿਮਾਂਡ ਹੈ ਲੋਕਾਂ ਦੇ ਵਿੱਚ, ਇਹ ਸ਼ੋਅ ਕਰਨ ਵਾਸਤੇ ਹੋ ਸਕਦਾ ਕਿਸੇ ਜੂਨੀਅਰ ਨੂੰ ਕਿਸੇ ਦੇ ਜਾਂ ਕਿਸੇ ਕੁਛ ਲੋਕਾਂ ਨੂੰ ਇੱਦਾਂ ਕਿਹਾ ਗਿਆ ਹੋਵੇ, ਭਾਵੇਂ ਉਹ ਸਿੱਧੇ ਤੌਰ 'ਤੇ ਦੇਖੋ ਕੋਈ ਵੀ ਨਹੀਂ ਕਹਿੰਦਾ ਆਪਣਾ ਨਾਂ ਨਹੀਂ ਦਿੰਦਾ ਹੁੰਦਾ ਕਿ ਮੈਂ ਕਿਹਾ, ਅੱਗੇ ਤੋਂ ਅੱਗੇ ਬੰਦਿਆਂ ਨੂੰ ਕਹਿ ਕਹਾ ਕੇ ਇੱਦਾਂ ਦੀ ਚੀਜ਼ਾਂ ਕਰਵਾਈਆਂ ਜਾਂਦੀਆਂ ਨੇ, ਪਰ ਆਪਸੀ ਕਲਾ ਕਲੇਸ਼ ਹੈ ਜਿਹੜਾ ਇੱਦਾਂ ਦਾ, ਔਰ ਆਪਸ ਵਿੱਚ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਗੱਲ ਹੈ, ਉਹ ਪੰਜਾਬ ਦੇ ਹਿੱਤਾਂ ਦੇ ਵਿੱਚ ਨਹੀਂ ਹੈ ਸੁਖਵਿੰਦਰ ਜੀ। ਆ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਦੇ ਲਈ ਜੇ ਇੱਦਾਂ ਦੇ ਪੋਸਟਰ ਲੱਗਣ ਕਿ ਪੰਜਾਬ ਦੇ ਲੋਕਾਂ ਦੀ ਗੱਲ ਹੋ ਰਹੀ ਹੈ, ਪੰਜਾਬ ਦੇ ਹੱਕਾਂ ਦੀ ਗੱਲ ਹੋ ਰਹੀ ਹੈ, ਪੰਜਾਬ ਦੇ ਹਿੱਤਾਂ ਦੀ ਗੱਲ ਹੋ ਰਹੀ ਹੈ, ਫਿਰ ਤਾਂ ਚਲੋ ਮੰਨਦੇ ਆਪਾਂ। ਇਹ ਆਪਸ ਵਿੱਚ ਕੁਰਸੀ ਦੀ ਐਂ ਕਹਿ ਲਓ ਦੌੜ ਦੇ ਵਿੱਚ, ਕੁਰਸੀ ਦੀ ਲੜਾਈ ਦੇ ਵਿੱਚ ਆਪਣੀ ਪਾਰਟੀ ਨੂੰ ਹੀ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦਾ ਇਹ ਕੋਝਾ ਯਤਨ ਜਿਹੜਾ ਦੱਸਦਾ ਹੈ ਕਿ ਇਹ ਪਾਰਟੀ ਪੰਜਾਬ ਦੇ ਲੋਕਾਂ ਦੇ ਲਈ ਕਿੰਨੀ ਕੁ ਸੁਹਿਰਦ ਹੈ, ਪੰਜਾਬ ਦੇ ਲੋਕਾਂ ਦੇ ਲਈ ਕਿੰਨੀ ਕੁ ਇਹ ਉਹਨਾਂ ਦੇ ਹਿੱਤਾਂ ਦੇ ਲਈ ਕੰਮ ਕਰ ਸਕਦੀ ਹੈ। ਸੋ ਗੱਲ ਇਹ ਬਣਦੀ ਨਹੀਂ ਹੈ ਕਿ ਕਿਸੇ ਦੇ ਪੋਸਟਰ ਲਾ ਕੇ ਇੱਦਾਂ ਜਾ ਕੇ ਤੁਸੀਂ ਉਹਨੂੰ ਦੂਜੇ ਦੇ ਹਲਕੇ ਦੇ ਵਿੱਚ ਵੱਡਾ ਕਰੋ, ਅਤੇ ਜਾਂ ਫਿਰ ਕਿਸੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰੋ। ਆਪਾਂ ਇਹੀ ਕਹਿ ਸਕਦੇ ਕਿ ਕੁਝ ਹੀ ਸਾਜ਼ਿਸ਼ ਦਾ ਇਹ ਇੱਕ ਨਤੀਜਾ ਲੱਗਦਾ ਜੀ। ਬਿਲਕੁਲ, ਤਾਂ ਉੱਥੇ ਹੀ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਦੇ ਉੱਪਰ ਜਿਹੜੇ ਮਾਮਲੇ ਦਰਜ ਕੀਤੇ ਗਏ ਨੇ ਪੰਜਾਬ ਪੁਲਿਸ ਦੇ ਵੱਲੋਂ, ਇਹ ਕੀ ਮਾਮਲੇ ਹੈਗੇ ਆ, ਕੀ ਕਿਹੜੇ ਕਿਹੜੇ ਲੀਡਰਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ, ਤੇ ਕਿਸ ਮਾਮਲੇ ਦੇ ਵਿੱਚ ਇਹ ਜਿਹੜੇ ਪਰਚੇ ਦਰਜ ਹੋਏ? ਤਿੰਨ ਆਮ ਆਦਮੀ ਪਾਰਟੀ ਦੇ ਤਿੰਨ ਜਿਹੜੇ ਆਗੂ ਨੇ ਉਹਨਾਂ ਦੇ ਉੱਤੇ ਜਿਹੜਾ ਇਹ ਪਰਚੇ ਦਰਜ ਕੀਤੇ ਆ, ਉਹ ਇੱਕ ਤਾਂ ਵੈਕਸੀਨ ਜਿਹੜਾ ਇਹ ਦੱਸਦੇ ਕਿ ਘਪਲਾ ਹੋਇਆ, ਵੈਕਸੀਨ ਵੇਚੀ ਜਾ ਰਹੀ ਹੈ ਸਸਤੇ ਭਾਅ ਲੈ ਕੇ, ਸਰਕਾਰ ਪੰਜਾਬ ਸਰਕਾਰ ਜਿਹੜੀ ਹੈਗੀ ਆ ਪ੍ਰਾਈਵੇਟ ਹਸਪਤਾਲਾਂ ਨੂੰ ਤੇ ਉੱਦਾਂ ਵੀ ਵੇਚੀ ਜਾ ਰਹੀ ਹੈ, 1,060 ਰੁਪਏ ਦੀ ਜਾਂ ਪ੍ਰਾਈਵੇਟ ਹਸਪਤਾਲ ਉਹਨਾਂ ਨੂੰ ਦਿੱਤੀ ਜਾ ਰਹੀ ਹੈ 1,500 ਰੁਪਏ ਦੀ ਵੇਚ ਰਹੇ ਆ, ਤਾਂ ਉਹ ਘਪਲਾ ਜਿਹੜਾ ਹੈਗਾ ਉਹਨੂੰ ਨੰਗਾ ਕਰਨ ਦੀ ਕੋਸ਼ਿਸ਼ ਕਰ ਰਹੇ ਆਮ ਆਦਮੀ ਪਾਰਟੀ ਦੇ ਉੱਤੇ। ਇਹ ਪ੍ਰਦਰਸ਼ਨ ਕਰ ਰਹੇ ਸੀਗੇ, ਪ੍ਰਦਰਸ਼ਨ ਕਰਦੇ ਨੇ ਉਹਦੇ ਉੱਤੇ ਜਿਹੜਾ ਆਪਾਂ ਕਹਿ ਲਓ ਕਿ ਕਰੋਨਾ ਦੀਆਂ ਨਿਯਮਾਂ, ਜਿਹੜੇ ਕਰੋਨਾ ਬਿਮਾਰੀ ਨੂੰ ਫੈਲਣ ਤੋਂ ਰੋਕਣ ਦੇ ਲਈ ਨਿਯਮ ਬਣਾਏ ਸੀ ਉਹਨਾਂ ਦੀਆਂ ਧੱਜੀਆਂ ਉਡਾਉਣ ਦੇ ਪਰਚੇ ਦਰਜ ਕਰੇ ਨੇ, ਵੀ ਉਹਨਾਂ ਦੀਆਂ ਪਾਲਣਾ ਨਹੀਂ ਕੀਤੀ, ਉਹ ਨਿਯਮ ਨੂੰ ਉਹਨਾਂ ਦੀ ਪਾਲਣਾ ਨਾ ਕਰਨ ਕਰਕੇ ਇਹਨਾਂ ਦੇ ਪਰਚੇ ਦਰਜ ਹੋਏ ਨੇ। ਉਹਨਾਂ ਦੇ ਵਿੱਚ ਬਲਜਿੰਦਰ ਕੌਰ ਇੱਕ, ਦੂਜਾ ਅਮਰਜੀਤ ਸੰਦੋਆ, ਤੇ ਤੀਜਾ ਅਮੀਤ ਏਅਰ ਜਿਹੜਾ ਹੈਗਾ ਉਹਨਾਂ ਦਾ ਨਾਮ ਆ ਰਿਹਾ। 12 ਹੋਰ ਆਗੂ ਨੇ ਇਹਨਾਂ ਦੇ ਜਿਹੜੇ ਛੋਟੇ ਵੱਡੇ ਆਗੂ ਹੁੰਦੇ ਨੇ, ਤੇ ਉਹ ਤੋਂ ਬਾਅਦ ਆਮ ਬੰਦੇ ਨੇ ਜਿਹੜੇ ਇਕੱਠ ਦੇ ਵਿੱਚ ਸ਼ਾਮਿਲ ਹੋਏ ਸੀਗੇ, 150 ਦੇ ਕਰੀਬ ਬੰਦੇ ਜਿਹੜੇ ਕਹੇ ਜਾ ਰਹੇ ਜਿਹਨਾਂ ਦੇ ਉੱਤੇ ਇਹ ਪਰਚੇ ਦਰਜ ਕੀਤੇ ਆ। ਗੱਲ ਤਾਂ ਪਹਿਲੀ ਗੱਲ ਤਾਂ ਇਹੀ ਹੈ ਸੁਖਵਿੰਦਰ ਜੀ, ਰੋਸ ਪ੍ਰਦਰਸ਼ਨ ਕਰਨ ਲੱਗਿਆ ਕਿਸੇ ਨੇ ਕੋਈ ਹੱਕ ਹੈ, ਸਾਰਿਆਂ ਨੂੰ ਰੋਕਣਾ ਨਹੀਂ ਚਾਹੀਦਾ, ਪਰ ਜਿੱਦਾਂ ਆਮ ਬੰਦੇ ਦੇ ਉੱਤੇ, ਆਮ ਕੋਈ ਵਿਅਕਤੀ ਆਪਣੇ ਕੰਮ ਵੀ ਜਾ ਰਿਹਾ ਹੁੰਦਾ ਤਾਂ ਪੁਲਿਸ ਡੰਡੇ ਭਰਾਉਂਦੀ ਹੈ ਉਹਦੇ ਤੇ, ਇਹ ਸ਼ਰੇਆਮ ਇਹ ਪਾਰਟੀਆਂ ਵੀ ਕਰਦੇ ਨੇ, ਲੀਡਰ ਕਿਸੇ ਪਾਰਟੀ ਨੂੰ ਲੈ ਲਓ,
ਪਿੱਛੇ ਜੇ ਕਾਂਗਰਸ ਦੇ ਇੱਕ ਦੋ ਵਿਧਾਇਕਾਂ ਦੀ ਵੀਡੀਓ ਵੀ ਵਾਇਰਲ ਹੋਈਆਂ ਨੇ ਨੱਚਦਿਆਂ ਦੀਆਂ ਪਾਰਟੀਆਂ ਕਰਦਿਆਂ ਦੀ ਮੰਤਰੀਆਂ ਦੀ ਵੀ ਹੋਈਆਂ ਨੇ ਮੰਤਰੀਆਂ ਦੀਆਂ ਤੇ ਉਹ ਉਹਨਾਂ ਦੇ ਉੱਤੇ ਨਾ ਕੋਈ ਪਰਚਾ ਦਰਜ ਹੋਇਆ ਤੇ ਨਾ ਹੀ ਕਿਸੇ ਨੇ ਡੱਡਾ ਮਾਰਿਆ ਉਹਨਾਂ ਦੇ। ਇੱਥੋਂ ਆਮ ਬੰਦਾ ਵਿਚਾਰਾ ਕੋਈ ਰੇਹੜੀ ਵਾਲਾ ਕੋਈ ਵੇਚ ਕੇ ਆਪਣਾ ਸਮਾਨ ਲੇਟ ਹੋ ਘਰੇ ਜਾ ਰਿਹਾ ਹੋਵੇ ਉਹਦੀ ਡੰਡਾ ਕੁੱਟ ਇੰਨੀ ਕਰ ਦਿੰਦੇ ਆ ਕਿ ਵਿਚਾਰਾ ਤੁਰਨ ਤੋਂ ਵੀ ਰਹਿ ਜਾਂਦਾ ਉਹ, ਅਗਲੇ ਦਿਨ ਰੇਹੜੀ ਆਪਣੀ ਲਾਭ ਨਹੀਂ ਸਕਦਾ। ਸੋ ਇਹਨਾਂ ਤੇ ਜੇ ਇਹ ਨਿਯਮ ਬਣੇ ਨੇ ਤਾਂ ਨਿਯਮ ਤਾਂ ਸਾਰਿਆਂ ਦੇ ਲਈ ਨਾ, ਕਾਨੂੰਨ ਤਾਂ ਸਾਰਿਆਂ ਦੇ ਲਈ ਬਰਾਬਰ ਹੀ ਹੈ ਨਾ। ਤੇ ਇਹਨਾਂ ਤੇ ਜੇ ਪਰਚੇ ਦਰਜ ਹੋਏ ਨੇ ਤਾਂ ਇਹਨਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਜੇ ਭਾਈ ਜਿਹੜੀ ਪਾਲਣਾ ਕਰਨੀ ਹੈ ਨਿਯਮ ਬਣਾਏ ਨੇ ਉਹਨਾਂ ਦੇ ਮਰਿਆਦਾ ਵਿੱਚ ਰਹਿ ਕੇ ਇਹ ਜੋ ਰੋਸ ਪ੍ਰਦਰਸ਼ਨ ਕਰਨਾ ਕਰਨ, ਨਹੀਂ ਜਾਂ ਫਿਰ ਆਮ ਬੰਦਿਆਂ ਨੂੰ ਵੀ ਛੋਟ ਦਵਾਉਣ ਵੀ ਆਮ ਬੰਦਾ ਕਿਤੇ ਫਿਰ ਇੱਕ ਪਾਸੇ ਦਾ ਕਰਫਿਊ ਲਾ ਕੇ ਤੁਸੀਂ ਆਮ ਬੰਦੇ ਨੂੰ ਰੁਜ਼ਗਾਰ ਖੋ ਰਹੇ ਹੋ, ਉਹਦਾ ਦਿਹਾੜੀਦਾਰ ਬੰਦਾ ਘਰਾਂ 'ਚ ਬੈਠ ਰਿਹਾ ਹੈ, ਜੇ ਸਾਈਕਲ 'ਤੇ ਨਿਕਲਦਾ ਵੀ ਹੈ ਸਵੇਰੇ ਸ਼ਾਮ ਨੂੰ 6 ਵਜੇ ਤੱਕ ਘਰੇ ਵੜਨਾ ਹੁੰਦਾ ਉਹਨੂੰ, ਕਿਵੇਂ ਵੜ ਸਕਦਾ ਉਹ? ਜੇ ਕਿਤੇ ਮਿਲ ਜੇ ਪੁਲਿਸ ਵਾਲਾ ਤਾਂ ਕੁੱਟ ਕੁੱਟ ਉਹਦਾ ਨਾਸ ਮਾਰ ਦਿੰਦੇ ਆ, ਪਰਚਾ ਉਹਦੇ 'ਤੇ ਲੱਗ ਦਿੰਦੇ ਆ, ਜੁਰਮਾਨਾ ਅਲੱਗ ਕਰਦੇ ਆ, ਗੱਡੀਆਂ ਇਹਨਾਂ ਦੀਆਂ ਭਰੀਆਂ ਜਾਂਦੀਆਂ ਨੇ, ਦੂਜੇ ਕਹਿੰਦੇ ਦੋ ਦੋ ਬਿਠਾ ਕੇ ਜਾਓ ਜੀ, ਕਹਿੰਦੇ ਤੀਜਾ ਬੰਦਾ ਹੋਊਗਾ ਤਾਂ ਚਲਾਨ ਕਰ ਦਾਂਗੇ, ਰਸਤੇ ਰੋਕ ਰੋਕ ਕੇ ਚਲਾਨ ਕੱਟਦੇ ਆ। ਸੋ ਕਹਿਣ ਦਾ ਭਾਵ ਇਹੀ ਹੈ ਕਿ ਜੇ ਕਾਨੂੰਨ ਬਣਾਉਣਾ ਤਾਂ ਸਭ ਦੇ ਉੱਤੇ ਲਾਜ਼ਮੀ ਹੈ, ਜੇ ਇਹਨਾਂ ਨੇ ਧੱਜੀਆਂ ਉਡਾਈਆਂ ਨੇ ਕਾਨੂੰਨ ਦੀਆਂ, ਕੈਪਟਨ ਦੇ ਉੱਤੇ ਵੀ ਦੋਸ਼ ਲੱਗ ਰਹੇ ਨੇ ਕਿ ਉਹਨੇ ਵੀ ਮਰਿਆਦਾ ਤੋੜੀ ਹੈ ਜਾਂ ਉਹਨੇ ਘਪਲਾ ਕੀਤਾ, ਇਹ ਜਿਹੜੀ ਵੈਕਸੀਨ ਫ੍ਰੀ 'ਚ ਮਿਲਣੀ ਸੀਗੀ ਅਤੇ ਉਹਨੂੰ ਵੇਚਿਆ ਜਾ ਰਿਹਾ, ਦੇਣੀ ਚਾਹੀਦੀ ਸੀ ਫ੍ਰੀ, ਉਹਦੇ 'ਤੇ ਵੀ ਇੱਦਾਂ ਦੇ, ਜੇ ਉਸ ਸਰਕਾਰ ਨੇ ਕੰਮ ਕੀਤਾ ਤਾਂ ਸਰਕਾਰ ਨੂੰ ਵੀ ਕਾਨੂੰਨ ਦੇ ਦਾਇਰੇ ਦੇ ਵਿੱਚ ਘੜੀਸਣਾ ਚਾਹੀਦਾ, ਲਿਆਉਣਾ ਚਾਹੀਦਾ ਕਾਨੂੰਨ ਦੇ ਦਾਇਰੇ ਹੇਠ ਵੀ ਆਹ ਕੰਮ ਕੀਤਾ ਤਾਂ ਉਹਦੇ 'ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਜਿਹਨੇ ਕੀਤਾ ਇਹ ਕੰਮ। ਅਤੇ ਦੂਜਾ, ਜੇ ਇਹਨਾਂ ਨੇ ਨਿਯਮ ਤੋੜੇ ਨੇ, ਇਹਨਾਂ 'ਤੇ ਹੋ ਗਏ ਤਾਂ ਹੁਣ ਘੜਪਣਾ ਕਾਹਦਾ? ਨਿਯਮ ਤਾਂ ਤੋੜੇ ਰਹੇ ਨੇ, ਆਮ ਬੰਦਾ ਕਿੱਧਰ ਜਾਊਗਾ? ਇਹ ਆਪ ਛੋਟ ਲੈ ਲੈਂਦੇ ਨੇ, ਗ੍ਰਿਫਤਾਰੀ ਕਿਸੇ ਦੀ ਨਹੀਂ ਹੋਣੀ, ਸਿਰਫ ਖਾਨਾ ਪੂਰਤੀ ਹੈ, ਖਾਨਾ ਪੂਰਤੀ ਕਰਕੇ ਇਹ ਫਿਰ ਵੀ ਇਹਨਾਂ ਨੂੰ ਕਲਪਨਾ ਹੋ ਰਹੀ ਹੈ ਵੀ ਖਾਨਾ ਪੂਰਤੀ ਵੀ ਕਿਉਂ ਹੋਈ ਹੈ। ਸੋ ਇਹ ਜਿਹੜੀ ਚੀਜ਼ ਹੈ, ਇਹ ਲੋਕਾਂ ਦੇ ਲਈ ਕਾਨੂੰਨ ਹੋ ਰਿਹਾ, ਇਹਨਾਂ ਦੇ ਲਈ ਕਾਨੂੰਨ ਹੋ ਰਿਹਾ, ਬਰਾਬਰ ਹੋਣਾ ਚਾਹੀਦਾ। ਜੇ ਹੋਇਆ ਤਾਂ ਹੁਣ ਝੱਲਣ, ਵੀ ਕਾਨੂੰਨਾਂ ਕਰੋਨਾ ਜਿਹੜਾ ਫੈਲ ਰਿਹਾ ਸੀ ਉਹ ਆਮ ਲੋਕਾਂ ਕਰਕੇ ਨਹੀਂ, ਇਹਨਾਂ ਮੰਤਰੀਆਂ ਕਰਕੇ ਵੀ ਫੈਲ ਰਿਹਾ ਸੀ, ਇਹਨਾਂ 'ਤੇ ਵੀ ਇੱਦਾਂ ਹੀ ਸ਼ਿਕੰਜਾ ਕੱਸਣਾ ਚਾਹੀਦਾ। ਪਰਮਿੰਦਰ ਜੀ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਇਹਨਾਂ ਤਮਾਮ ਖ਼ਬਰਾਂ 'ਤੇ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਸੁਖਿੰਦਰ ਜੀ। ਸਾਰੇ ਜਿਹਨੇ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਤਮਾਮ ਖ਼ਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ, ਵਿਚਾਰ ਚਰਚਾ ਕੀਤੀ ਗਈ, ਉਮੀਦ ਕਰਦੇ ਹਾਂ ਕਿ ਪਰਮਿੰਦਰ ਸਿੰਘ ਹੋਰਾਂ ਦੇ ਵਿਚਾਰ ਤੁਹਾਨੂੰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ।